ਇਸ ਗੁਰਦੁਆਰਾ ਸਾਹਿਬ ਦੇ ਅੰਦਰ ਬਣੀ ਹੋਈ ਹੈ ਮਸਜਿਦ। 9 ਦਿਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਸ ਪਾਵਨ ਪਵਿੱਤਰ ਅਸਥਾਨ ਤੇ ਰੁਕੇ। ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਸ਼ਹੀਦੀ ਹੋ ਜਾਂਦੀ ਹੈ, ਇੱਥੋਂ ਦੇ ਨਵਾਬ ਨੇ ਸੋਗ ਵਜੋਂ 40 ਦਿਨ ਕਾਲੇ ਕੱਪੜੇ ਪਾਈ ਰੱਖੇ। ਆਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ। ਬਹੁਤ ਘੱਟ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ, ਨਾਲ ਇੱਥੋਂ ਦਾ ਇਤਿਹਾਸ ਵੀ ਤੁਹਾਨੂੰ ਸੁਣਾਉਂਦੇ ਹਾਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ। ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ। ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਪਾਤਸ਼ਾਹੀ 9ਵੀਂ ਬਹਾਦਰਗੜ੍ਹ। ਮਹਾਨ ਪਰਉਪਕਾਰੀ 9ਵੇਂ ਪਾਤਸ਼ਾਹ ਹਿੰਦ ਦੀ ਚਾਦਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਇਹ ਪਾਵਨ ਪਵਿੱਤਰ ਅਸਥਾਨ ਹੈ। 2 ਵਾਰ ਸਤਿਗੁਰੂ ਜੀ ਇਸ ਪਾਵਨ ਪਵਿੱਤਰ ਅਸਥਾਨ ਤੇ ਆਉਂਦੇ ਆ। ਸਿੱਖ ਧਰਮ ਦੇ ਪ੍ਰਚਾਰ ਲਈ ਭੁੱਲੇ ਭਟਕੇ ਲੋਕਾਂ ਨੂੰ ਸੱਚ ਦੇ ਰਾਹ ਤੋਰਨ ਲਈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅਨੰਦਪੁਰ ਸਾਹਿਬ ਤੋਂ ਚੱਲਦੇ ਆ, ਪੜਾਅ ਦਰ ਪੜਾਅ ਪਟਿਆਲੇ ਦੀ ਧਰਤੀ ਤੇ ਪਹੁੰਚਦੇ ਆ। ਪਿਛਲੇ ਬਲੌਗਾਂ ਵਿੱਚ ਤੁਹਾਨੂੰ ਅਸੀਂ ਦਰਸ਼ਨ ਕਰਾਏ ਆ 9 ਲੱਖਾ ਪਿੰਡ ਦੇ ਜਿੱਥੇ ਗੁਰੂ ਸਾਹਿਬ ਆਏ, ਅਤੇ ਪਿੰਡ ਆਕੜ ਦੇ ਤੁਹਾਨੂੰ ਦਰਸ਼ਨ ਕਰਾਏ ਆ ਜਿੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਨਿੰਮ ਥੱਲੇ ਬੈਠੇ ਤੇ ਨਿੰਮ ਨੇ ਆਪਣੀ ਕੁੜੱਤਣ ਛੱਡ ਦਿੱਤੀ, ਨਿੰਮ ਮਿੱਠੀ ਹੋ ਗਈ। ਜਿਨ੍ਹਾਂ ਨੇ ਉਹ ਬਲੌਗ ਨਹੀਂ ਵੇਖੇ ਸਾਡੇ ਚੈਨਲ ਤੇ ਜਾ ਕੇ ਬਲੌਗ ਜ਼ਰੂਰ ਵੇਖੋ। ਆਓ ਹੁਣ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਰਵਣ ਕਰਾਉਂਦੇ ਹਾਂ। ਇਹ ਸੰਗਤ ਜੀ ਇੱਕ ਕਿਲਾ ਸੀ, ਇੱਥੋਂ ਦਾ ਨਵਾਬ ਸੀ ਸੈਫ ਖਾਨ। ਸੈਫ ਖਾਨ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਵਡਿਆਈ ਸੁਣੀ ਅਤੇ ਜਿਸ ਵੇਲੇ ਉਹਨੂੰ ਪਤਾ ਲੱਗਾ ਗੁਰੂ ਜੀ ਪਟਿਆਲੇ ਆਏ ਹੋਏ ਆ, ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਸਾਡੇ ਕਿਲੇ ਵਿੱਚ ਚਰਨ ਪਾਓ ਅਤੇ ਸਾਡੇ ਘਰ ਨੂੰ ਭਾਗ ਲਾਓ। ਸੈਫ ਖਾਨ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪੂਰੇ ਪਰਿਵਾਰ ਸਮੇਤ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਅਤੇ ਹੋਰ 300 ਸਿੱਖਾਂ ਦੇ ਸਮੇਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਸ ਕਿਲੇ ਵਿੱਚ ਆਉਂਦੇ ਆ। ਸੈਫ ਖਾਨ ਨੇ ਗੁਰੂ ਜੀ ਨੂੰ ਸ਼ਰਧਾ ਵਜੋਂ ਇੱਕ ਬਹੁਤ ਵਧੀਆ ਘੋੜਾ ਦਿੱਤਾ ਅਤੇ ਮਾਤਾ ਜੀ ਨੂੰ ਰੱਥ, ਤੰਬੂ, ਊਂਠ ਭੇਟ ਕੀਤੇ। ਸੈਫ ਖਾਨ ਦੀ ਘਰਵਾਲੀ ਨੇ ਧੰਨ ਮਾਤਾ ਗੁਜਰ ਕੌਰ ਜੀਆਂ ਨੂੰ ਗਹਿਣੇ ਅਤੇ ਵਸਤਰ ਵੀ ਭੇਟ ਕੀਤੇ। ਸੈਫ ਦੀਨ ਨੇ ਬੇਨਤੀ ਕਰਕੇ ਗੁਰੂ ਜੀ ਨੂੰ ਪੁੱਛਿਆ, ਮਹਾਰਾਜ ਪਾਪ ਦਾ ਮੂਲ ਕੀ ਹੈ? ਮਹਾਰਾਜ ਕਹਿਣ ਲੱਗੇ, ਇਸ ਦੀ ਜੜ ਦੁਨੀਆ ਨਾਲ ਪ੍ਰੀਤੀ ਹੈ ਅਤੇ ਨਿੱਜ ਲਈ ਸਭ ਕੁਝ ਸੋਚਣਾ ਹੈ। ਪੁੰਨ ਦੀ ਜੜ ਸੰਸਾਰ ਨੂੰ ਫਾਨੀ ਸਮਝਣਾ, ਦਿਸਦੇ ਹੋਏ ਜਗਤ ਦੇ ਨਾਲ ਮੋਹ ਹਟਾਉਣਾ ਅਤੇ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਹੈ। ਸੈਫ ਦੀਨ ਨੇ ਆਖਿਆ, ਮਹਾਰਾਜ ਜੀ ਮੇਰੇ ਵਾਸਤੇ ਕੋਈ ਉਪਦੇਸ਼ ਬਖਸ਼ੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ, ਅੱਲਾ ਨੂੰ ਯਾਦ ਕਰਨਾ, ਬੰਦਗੀ ਕਰਨੀ, ਫਕੀਰਾਂ ਦੀ ਸੇਵਾ ਕਰਨੀ, ਮਨ ਨੀਵਾਂ ਰੱਖਣਾ, ਜਿਹੜਾ ਵੀ ਇਹਨਾਂ ਗੱਲਾਂ ਤੇ ਧਿਆਨ ਦਿੰਦਾ ਹੈ ਉਹ ਸਦਾ ਹੀ ਆਨੰਦ ਵਿੱਚ ਰਹਿੰਦਾ ਹੈ। ਇਹ ਤੁਸੀਂ ਸੈਫ ਦੀਨ ਦੇ ਘਰ ਦੇ ਦਰਸ਼ਨ ਕਰ ਰਹੇ ਹੋ, ਘਰ ਦੇ ਨਾਲ ਹੀ ਬਿਲਕੁਲ ਕਿਲਾ ਹੈ। ਉਸ ਕਿਲੇ ਦੀ ਵੀਡੀਓ ਅਸੀਂ ਨਹੀਂ ਬਣਾ ਸਕਦੇ, ਉਸ ਕਿਲੇ ਵਿੱਚ ਇਸ ਟਾਈਮ ਕਮਾਂਡੋ ਪੁਲਿਸ ਫੋਰਸ ਦੀ ਛਾਉਣੀ ਬਣੀ ਹੋਈ ਹੈ, ਸਾਨੂੰ ਇਜਾਜ਼ਤ ਨਹੀਂ ਮਿਲੀ ਵੀਡੀਓ ਬਣਾਉਣ ਦੀ, ਇਸ ਕਰਕੇ ਅਸੀਂ ਆਪ ਜੀ ਨੂੰ ਉਹ ਕਿਲੇ ਦੇ ਦਰਸ਼ਨ ਨਹੀਂ ਕਰਾ ਸਕਦੇ। ਉਸ ਕਿਲੇ ਵਿੱਚ ਪੁਰਾਤਨ ਥੜਾ ਸਾਹਿਬ ਵੀ ਬਣਿਆ ਹੋਇਆ ਹੈ ਤੇ ਨਾਲ ਖੂਹੀ ਵੀ ਬਣੀ ਹੋਈ ਹੈ, ਜਿਹੜੀ ਖੂਹੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਸ਼ਨਾਨ ਕਰਦੇ ਸਨ। ਆ ਸਾਹਮਣੇ ਤੁਸੀਂ ਮਸਜਿਦ ਦੇ ਦਰਸ਼ਨ ਕਰ ਰਹੇ ਹੋ, ਇਹ ਮਸਜਿਦ ਸੈਫ ਦੀਨ ਦੇ ਘਰ ਵਿੱਚ ਬਣੀ ਹੋਈ ਸੀ। ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੈਫ ਦੀਨ ਦੇ ਘਰ ਵਿੱਚ ਆਉਂਦੇ ਆ ਤਾਂ ਸਾਹਮਣੇ ਜਦੋਂ ਮਸਜਿਦ ਵੱਲ ਵੇਖਦੇ ਆ ਤਾਂ ਗੁਰੂ ਜੀ ਬਹੁਤ ਖੁਸ਼ ਹੁੰਦੇ ਆ ਤੇ ਗੁਰੂ ਜੀ ਨੇ ਆਖਿਆ, ਸੈਫ ਦੀਨ, ਇਹ ਤੇਰੇ ਮਹਿਲਾਂ ਤੋਂ ਵੀ ਬਹੁਤ ਸੁੰਦਰ ਬਣੀ ਹੋਈ ਆ। ਇਹ ਮਸਜਿਦ ਦੇ ਅੱਜ ਵੀ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ, ਪੁਰਾਣੀ ਮਸਜਿਦ ਹੈ। ਇਸ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਇਸ ਵਿੱਚ ਪ੍ਰਕਾਸ਼ ਕੀਤਾ ਹੋਇਆ ਹੈ। ਮਸਜਿਦ ਦੇ ਬਿਲਕੁਲ ਹੀ ਨਾਲ ਪੁਰਾਤਨ ਖੂਹੀ ਵੀ ਹੈ, ਆਓ ਉਸ ਖੂਹੀ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ।
ਆ ਸਾਹਮਣੇ ਤੁਸੀਂ ਖੂਹੀ ਦੇ ਦਰਸ਼ਨ ਕਰ ਰਹੇ ਹੋ, ਇਹ ਵੀ ਪੁਰਾਤਨ ਖੂਹੀ ਹੈ। ਕਸ਼ਮੀਰੀ ਪੰਡਿਤਾਂ ਦੀ ਬੇਨਤੀ ਤੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਦਿੱਲੀ ਜਾਂਦੇ ਸਮੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੂਜੀ ਵਾਰ ਇਸ ਪਾਵਨ ਪਵਿੱਤਰ ਅਸਥਾਨ ਤੇ ਰੁਕੇ ਸਨ। ਔਰੰਗਜ਼ੇਬ ਦੀ ਈਨ ਨਾ ਮੰਨਦੇ ਹੋਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਸ ਵੇਲੇ ਸ਼ਹੀਦ ਹੋ ਜਾਂਦੇ ਹਨ, ਗੁਰੂ ਜੀ ਦੀ ਸ਼ਹਾਦਤ ਸੁਣ ਕੇ ਨਵਾਬ ਸੈਫ ਖਾਨ ਨੇ 40 ਦਿਨ ਕਾਲੇ ਕੱਪੜੇ ਪਾਈ ਰੱਖੇ, ਬਹੁਤ ਸੋਗ ਮਨਾਇਆ। ਸੋ ਸੰਗਤ ਜੀ, ਇਹ ਤੁਸੀਂ ਦਰਸ਼ਨ ਕੀਤੇ ਹਨ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ 9ਵੀਂ ਬਹਾਦਰਗੜ੍ਹ। ਇਸ ਬਲੌਗ ਦੀ ਇੱਥੇ ਹੀ ਸਮਾਪਤੀ ਹੈ। ਜੇ ਤੁਹਾਨੂੰ ਬਲੌਗ ਵਧੀਆ ਲੱਗਿਆ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਜੀ। ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ, ਇੱਥੇ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।